पंजाबी पढ़ रहे सारे विद्यार्थियों ਦਾ YouTube चैनल लर्न विद हरविंदर ਸਰਵਿਸ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12ਵੀਂ ਜਮਾਤ ਦੀ لازਮੀ ਪੰਜਾਬੀ ਪੁਸਤਕ ਵਿੱਚੋਂ surjit patar ji ਦੀ ਕਵਿਤਾ ਐਵੇਂ ਨਾ ਬੁੱਤਾ ਤੇ ਡੋਲੀ ਦਾ ਪਾਣੀ। ਇਸ ਦੇ ਬਸ ਤੋਂ ਨੈਕਸਟ ਪ੍ਰਸ਼ਨ ਆਓ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਐਵੇਂ ਨਾ ਬੁੱਤਾ ਤੇ ਡੋਲੀ ਦਾ ਪਾਣੀ ਗਜ਼ਲ ਕਿਸ ਗਜ਼ਲਕਾਰ ਦੀ ਰਚਨਾ ਹੈ? ਤੇ ਇਸ ਦਾ ਉੱਤਰ ਹੈ surjit patar। ਅਗਲਾ ਪ੍ਰਸ਼ਨ ਹੈ ਆਪਣੇ ਪਾਠਕ੍ਰਮ ਵਿੱਚ ਸ਼ਾਮਲ surjit patar ਦੀ ਗਜ਼ਲ ਰਚਨਾ ਦਾ ਸਿਰਲੇਖ ਦੱਸੋ। ਤੇ ਜਵਾਬ ਦਰ ਐਵੇਂ ਨਾ ਬੁੱਤਾ ਤੇ ਡੋਲੀ ਜਾ ਪਾਣੀ ਅਗਲਾ ਪ੍ਰਸ਼ਨ ਹੈ ਸੁਜੀਤ ਪਾਤਰ ਨੇ ਆਪਣੀ ਗਜ਼ਲ ਰਚਨਾ ਵਿੱਚ ਪਾਣੀ ਬੁੱਤਾ ਤੇ ਡੋਲਣ ਦੀ ਥਾਂ ਕਿੱਥੇ ਵਰਸਾਉਣ ਦੀ ਨਸੀਹਤ ਦਿੱਤੀ ਹੈ ਤੇ ਜਵਾਬ ਹੈ ਬਿਰਖਾਂ ਉੱਤੇ ਅਗਲਾ ਪ੍ਰਸ਼ਨ ਹੈ ਐਵੇਂ ਨਾ ਬੁੱਤਾ ਤੇ ਡੋਲੀ ਜਾ ਪਾਣੀ ਗਜ਼ਲ ਵਿੱਚ ਸਰਵਰ ਦਾ ਬੁੱਤਾ ਪਾਣੀ ਕਿਉਂ ਕਮਦਾ ਹੈ ਤੇ ਜਵਾਬ ਹੈ ਬਿਰਖਾਂ ਦੀਆਂ ਪੱਤੀਆਂ ਤੋੜਨ ਕਰਕੇ ਅਗਲਾ ਖਾਲੀ ਥਾਂ ਪਰੋ ਬਿਰਖਾਂ ਪੀਲੇ ਪੱਤਰ ਡੈਸ਼ ਹੱਥ ਭੇਜੇ ਤੇ ਇਸ ਵਿੱਚ ਅਸੀਂ ਭਰਨਾ ਪਾਉਣਾ ਬਿਰਖਾਂ ਪੀਲੇ ਪੱਤਰ ਪਾਉਣਾ ਹੱਥ ਭੇਜੇ ਅਗਲਾ ਪ੍ਰਸ਼ਨ ਹੈ ਕਵੀ ਦੀ ਪਿਆਸ ਅਗਨ ਬਣਨ ਤੇ ਉਸ ਨੂੰ ਹਰ ਸਰਵਰ ਦਾ ਪਾਣੀ ਸੁੱਚਾ ਲੱਗਿਆ ਠੀਕ ਜਾਂ ਗਲਤ ਤੇ ਇਹ ਬਿਲਕੁਲ ਠੀਕ ਹੈ ਬਿਲਕੁਲ ਸਹੀ ਹੈ ਅਗਲਾ ਪ੍ਰਸ਼ਨ ਹੈ ਸੂਲਾਂ ਦੇ ਰੁੱਖਾਂ ਤੇ ਪਾਣੀ ਵਰਨ ਨਾਲ ਲੇਖਕ ਨੂੰ ਕਿਸੇ ਦੀ ਯਾਦ ਨਹੀਂ ਆਈ ਸਹੀ ਜਾਂ ਗਲਤ ਤੇ ਇਹ ਗਲਤ ਕਿਉਂਕਿ ਕਵੀ ਨੂੰ ਆਪਣੀ ਪ੍ਰੇਮਿਕਾ ਦੀ ਯਾਦ ਆਈ ਅਗਲਾ ਪ੍ਰਸ਼ਨ ਹੈ ਸੁਜੀਤ ਪਾਤਰ ਦੀ ਗਜ਼ਲ ਤੁਕ ਲੱਗੀ ਤੁਪ ਜੇ ਸ਼ਹਿਰ ਤੇਰੇ ਦੇ ਬਿਰਖਾ ਨੂੰ ਦੇ ਪ੍ਰਤੀਕਰਮ ਵਜੋਂ ਪਾਣੀ ਉੱਧਰ ਜਾਵੇਗਾ অপਸ਼ਨਸ ਹਨ ਮੇਰੇ ਸ਼ਹਿਰ ਦਾ ਮੇਰੀ ਨਹਿਰ ਦਾ ਮੇਰੇ ਸਮੁੰਦਰ ਦਾ ਜਾਂ ਮੇਰੇ ਘਰ ਦਾ ਤੇ ਇਸ ਦਾ ਉੱਤਰ ਹੈ ਮੇਰੇ ਸ਼ਹਿਰ ਦਾ ਪਿਆਰੇ ਵਿਦਿਆਰਥੀਓ ਹੁਣ ਆਪਣਾ ਸਕੋਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ